ਕਿਸੇ ਨਾ ਕਿਸੇ ਪਾਸੇ ਨੂੰ ਉਂਗਲ ਪਸਾਈ ਰੱਖਣੀ ਆ। ਨੌਜਵਾਨ ਪੀੜ੍ਹੀ ਇਹਨੂੰ ਸੋਚ ਬਦਲ ਲਈ ਹੈ। ਆਪਾਂ ਨਰੋਈ ਸੋਚ ਅਤੇ ਨਰੋਈ ਸਿਹਤ, ਜਿੰਨਾ ਚਿਰ ਅਸੀਂ ਦੋਨੇ ਪਹਿਲੂਆਂ 'ਤੇ ਕੰਮ ਨਹੀਂ ਕਰਾਂਗੇ, ਔਰ ਇਹਨਾਂ ਬਿਲਡਿੰਗਾਂ ਨੇ ਤੁਹਾਨੂੰ ਇੱਕ ਪ੍ਰਿਵਲੇਜ ਦਿੱਤਾ ਕਿ ਆਪਾਂ ਕੰਮ ਕਰੀਏ ਇਹਨਾਂ ਗਰਾਊਂਡਾਂ 'ਤੇ ਆਣ ਕੇ। ਜੇ ਆਪਾਂ ਕਹੀਏ ਨਾ ਵੀ ਬਿਸਤਰੇ 'ਚ ਪੈ ਕੇ ਕੰਨ ਹਿਲਾ ਕੇ ਅਸੀਂ ਸਪੋਰਟਸਮੈਨ ਬਣ ਜਾਂਗੇ, ਇਹ ਨਹੀਂ ਬਣ ਹੋਣਾ, ਕਿਉਂਕਿ ਇੱਥੇ ਸਵੇਰੇ ਆਣ ਕੇ ਘਾਲਣਾ ਕਰਨੀ ਪੈਣੀ ਆ, ਅਤੇ ਉਹ ਆਪ ਹੀ ਕਰਨੀ ਪੈਣੀ ਆ, ਉਹ ਬਾਠ ਸਾਹਿਬ ਨੇ ਨਹੀਂ ਕਰਨੀ, ਕਿਉਂਕਿ ਤੁਹਾਨੂੰ ਤਾਂ ਇੱਕ ਹਲਾਰਾ ਦੇ ਕੇ ਇਹ ਜਗਾਉਣ ਆਏ ਆ ਵੀ ਭਾਈ ਜਾਗੋ, ਆਪਾਂ ਚੰਗੀ ਸੇਧ ਅਤੇ ਚੰਗੀ ਸੋਚ ਦੇ ਧਾਰਨੀ ਬਣੀ। ਸੋ ਇਸ ਕਰਕੇ ਮੈਂ ਜਿੱਥੇ ਧੰਨਵਾਦ ਕਰਦਾ ਬਾਠ ਸਾਹਿਬ ਦਾ, ਉੱਥੇ ਜਿੱਥੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ, ਆਪਾਂ ਛੋਟੀ ਛੋਟੀ ਸੋਚ ਜਿਹੜੀ ਆ ਉਹਦੇ ਤੋਂ ਉੱਠ ਕੇ ਅਤੇ ਚੰਗੀ ਨਰੋਈ ਸੋਚ ਅਤੇ ਨਰੋਈ ਸਿਹਤ ਨਾਲ ਜੁੜ ਕੇ ਆਪਾਂ ਆਪਣੇ ਪਹਿਲਾਂ ਆਪਣੇ ਘਰ ਨੂੰ ਠੀਕ ਕਰੀਏ, ਫਿਰ ਆਪਣੇ ਪਿੰਡ ਨੂੰ ਠੀਕ ਕਰੀਏ, ਅਤੇ ਜੇ ਆਪਣਾ ਪਿੰਡ ਠੀਕ ਹੋ ਗਿਆ ਤਾਂ ਪੰਜਾਬ ਜਿਹੜਾ ਔਰ ਦੇਸ਼ ਜਿਹੜਾ ਉਹਨੇ ਆਪਣੇ ਆਪ ਜਿਹੜਾ ਠੀਕ ਹੋ ਜਾਣਾ। ਸੋ ਮੈਂ ਇਹਨਾਂ ਲਫ਼ਜ਼ਾਂ ਨਾਲ ਬਾਠ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਈਆਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਜਦੋਂ ਤੁਸੀਂ ਆਉਂਦੇ ਹੋ ਅਤੇ ਉਹਦੇ ਨਾਲ ਜਿਹੜੀ ਹੌਸਲਾ ਅਫਜ਼ਾਈ ਮਿਲਦੀ ਆ, ਉਹਦੇ ਨਾਲ ਕੰਮ ਦੇ ਵਿੱਚ ਚਾਰ ਚੰਨ ਜਿਹੜੇ ਲੱਗਦੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਹਿਬ ਜੀ। ਪ੍ਰੋਗਰਾਮ ਦੇਖਣਾ ਬੜਾ ਸੌਖਾ ਹੈ ਸਾਥੀਓ, ਅਤੇ ਪ੍ਰੋਗਰਾਮ ਕਰਵਾਉਣਾ ਬੜਾ ਔਖਾ ਹੈ।